300 ਸਾਲ ਤੋਂ ਵੱਧ ਪੁਰਾਣਾ ਦਰਵਾਜ਼ਾ ਸਾਂਭੀ ਬੈਠਾ ਪੰਜਾਬ ਦਾ ਇਹ ਪਿੰਡ। ਦਰਵਾਜ਼ੇ 'ਤੇ ਜਿਹੜੀਆਂ ਆਹ ਗਲੀਆਂ ਰੱਖੀਆਂ ਹੋਈਆਂ ਨੇ, ਇਹਨਾਂ ਗਲੀਆਂ ਦੇ ਵਿੱਚੋਂ ਦੀ ਬੰਦੂਕ ਦੇ ਨਾਲ ਦੁਸ਼ਮਣ 'ਤੇ ਨਿਸ਼ਾਨਾ ਲਾਇਆ ਜਾਂਦਾ ਸੀਗਾ। ਪੁਰਾਣੇ ਸਮੇਂ ਵਿੱਚ ਇਹ ਸਾਰੇ ਪਿੰਡ ਨੂੰ ਇੱਕ ਕਿਲ੍ਹੇ ਦਾ ਰੂਪ ਦਿੱਤਾ ਹੋਇਆ ਸੀ ਅਤੇ ਇਹ ਦਰਵਾਜ਼ਾ ਉਸ ਪਿੰਡ ਦਾ ਮੁੱਖ ਦਰਵਾਜ਼ਾ ਸੀ। ਪਿੰਡਾਂ 'ਚ ਬਣੇ ਦਰਵਾਜ਼ੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਜਿਹੜਾ ਦਰਵਾਜ਼ਾ ਅੱਜ ਤੁਹਾਨੂੰ ਦਿਖਾਉਣਾ ਇਸ ਵੀਡੀਓ ਦੇ ਵਿੱਚ, ਉਸਦਾ ਆਪਣਾ ਇੱਕ ਵੱਖਰਾ ਇਤਿਹਾਸ ਆ। ਇਹ ਦਰਵਾਜ਼ਾ ਪਿੰਡ ਲਤਾਲਾ, ਜੋ ਕਿ ਰੈਕੋਟ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਆ। ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਅਤੇ ਲੁਧਿਆਣੇ ਤੋਂ ਤਕਰੀਬਨ 38 ਕਿਲੋਮੀਟਰ ਉੱਤਰ ਵੱਲ ਵਸਿਆ ਹੋਇਆ। ਲਤਾਲਾ ਪਿੰਡ ਵਿੱਚ ਮੁੱਖ ਤੌਰ 'ਤੇ ਖੰਗੂੜਾ ਗੋਤੀਆਂ ਦਾ ਵਸੇਬਾ। ਜੇ ਇਸ ਪਿੰਡ 'ਤੇ ਥੋੜ੍ਹਾ ਜਿਹਾ ਪਿਛੋਕੜ 'ਤੇ ਝਾਤ ਮਾਰੀਏ ਤਾਂ ਕਿਹਾ ਜਾਂਦਾ ਕਿ ਧੂਰੀ ਨੇੜੇ ਪੁੰਨਾਵਾਲਾ ਪਿੰਡ ਤੋਂ ਉੱਠ ਕੇ ਲਾਧੂ ਨਾਂ ਦੇ ਵਿਅਕਤੀ ਨੇ ਇਹ ਪਿੰਡ ਬੰਨਿਆ ਸੀ, ਜੋ ਲਾਧੂਵਾਲਾ ਕਿਹਾ ਜਾਣ ਲੱਗਾ ਅਤੇ ਇਸ ਤੋਂ ਬਾਅਦ ਇਸ ਪਿੰਡ ਦਾ ਨਾਂ ਲਾਧੂਵਾਲਾ ਤੋਂ ਲਤਾਲਾ ਬਣ ਗਿਆ। ਹੁਣ ਗੱਲ ਕਰਦੇ ਹਾਂ ਇਸ ਇਤਿਹਾਸਿਕ ਦਰਵਾਜ਼ੇ ਦੀ। ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਇਹ ਦਰਵਾਜ਼ਾ ਤਕਰੀਬਨ 300 ਸਾਲ ਤੋਂ ਵੀ ਵੱਧ ਪੁਰਾਣਾ। ਪੁਰਾਣੇ ਸਮੇਂ ਵਿੱਚ ਜਦੋਂ ਜੰਗ ਯੁੱਧ ਹੋਇਆ ਕਰਦੇ ਸੀ, ਉਸ ਟਾਈਮ 'ਤੇ ਇਹ ਦਰਵਾਜ਼ਾ ਪਿੰਡ ਦੀ ਸੁਰੱਖਿਆ ਵਜੋਂ ਬਣਾਇਆ ਗਿਆ ਸੀ। ਇਸ ਗੱਲ ਦੀ ਗਵਾਹੀ ਦਰਵਾਜ਼ੇ ਦੀਆਂ ਕੰਧਾਂ 'ਤੇ ਬਣੀਆਂ ਇਹ ਛੋਟੀਆਂ ਛੋਟੀਆਂ ਗਲੀਆਂ ਵੀ ਭਰਦੀਆਂ ਨੇ, ਜਿਨ੍ਹਾਂ ਵਿੱਚ ਬੰਦੂਕ ਲੰਘਾ ਕੇ ਲੌਕੇ ਦੁਸ਼ਮਣ 'ਤੇ ਜਿਹੜਾ ਨਿਸ਼ਾਨਾ ਲਗਾਇਆ ਜਾਂਦਾ ਸੀ ਉਸ ਟਾਈਮ 'ਤੇ। ਪੁਰਾਣੇ ਸਮੇਂ ਦੇ ਵਿੱਚ ਇਹ ਪਿੰਡ ਕਿਲ੍ਹਾਨੁਮਾ ਰੂਪ ਦੇ ਵਿੱਚ ਵਸਿਆ ਹੋਇਆ ਸੀਗਾ। ਇਹ ਦਰਵਾਜ਼ਾ ਪਿੰਡ ਦਾ ਮੁੱਖ ਦਰਵਾਜ਼ਾ ਸੀ ਅਤੇ ਇਸ ਦੇ ਆਲੇ ਦੁਆਲੇ ਸੁਰੱਖਿਆ ਵਾਸਤੇ ਪਾਣੀ ਦੀ ਖਾਈ ਜਿਹੜੀ ਭਰੀ ਰਹਿੰਦੀ ਸੀ। ਇਸ ਪਿੰਡ ਦੇ ਬਜ਼ੁਰਗ ਇਹ ਵੀ ਦੱਸਦੇ ਨੇ ਕਿ ਇਸ ਦਰਵਾਜ਼ੇ ਨੂੰ ਵੱਡੇ ਵੱਡੇ ਕਿੱਲਾਂ ਵਾਲੇ ਗੇਟ ਲੱਗੇ ਉਹਨਾਂ ਨੇ ਆਪਣੇ ਅੱਖੀਂ ਦੇਖੇ ਨੇ। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਪਿੰਡ ਇੱਕ ਕਿਲ੍ਹਾਨੁਮਾ ਰੂਪ ਦੇ ਵਿੱਚ ਵਸਿਆ ਹੋਇਆ ਸੀ, ਪਰ ਹੁਣ ਕਾਫੀ ਇਲਾਕੇ ਦੇ ਵਿੱਚ ਇਹ ਪਿੰਡ ਫੈਲ ਚੁੱਕੇ। ਬੇਸ਼ੱਕ ਇਹ ਦਰਵਾਜ਼ਾ ਬਹੁਤ ਪੁਰਾਣਾ, ਪਰ ਅੱਜ ਵੀ ਕਾਫੀ ਵਧੀਆ ਹਾਲਤ 'ਚ ਆ, ਕਿਉਂਕਿ ਸਮੇਂ ਸਮੇਂ 'ਤੇ ਇਹਦੀ ਦੇਖਭਾਲ ਕੀਤੀ ਜਾਂਦੀ ਆ। ਇਸ ਦਰਵਾਜ਼ੇ ਦੀਆਂ ਕੰਧਾਂ 'ਤੇ ਅੱਜ ਵੀ ਤੁਹਾਨੂੰ ਪੁਰਾਤਨ ਦੁਰਲੱਭ ਕਲਾ ਦੇ ਨਮੂਨੇ ਦੇਖਣ ਨੂੰ ਮਿਲ ਜਾਂਦੇ ਨੇ। ਅਸੀਂ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਆ। ਜਿਵੇਂ ਤੁਸੀਂ ਆਹ ਦੇਖੋ, ਲੋਹੇ ਤੋਂ ਬਣੀਆਂ ਜਾਲੀਆਂ ਇੰਨੀਆਂ ਪੁਰਾਣੀਆਂ ਹੋਣ ਦੇ ਬਾਵਜੂਦ ਵੀ ਵਧੀਆ ਹਾਲਤ 'ਚ ਨੇ। ਅਤੇ ਤੁਸੀਂ ਆਹ ਦੇਖੋ, ਉਸ ਟਾਈਮ ਵੇਲੇ ਦੀ ਸ਼ਤੀਰਾਂ ਤੋਂ ਬਣੀ ਛੱਤ, ਜੋ ਅੱਜ ਦੇ ਲੈਂਟਰ ਦੇ ਬਣੇ ਮਕਾਨਾਂ 'ਤੇ ਹੱਸ ਰਹੀ ਆ, ਤੁਸੀਂ ਦੇਖੋ ਕਿੰਨੀ ਮਜ਼ਬੂਤੀ ਨਾਲ ਖੜ੍ਹੀ ਆ ਅੱਜ ਵੀ। ਇੰਨੇ ਟਾਈਮ ਦੇ ਵਿੱਚ ਤਾਂ ਲੋਹਾ ਵੀ ਗਲ ਕੇ ਮਿੱਟੀ ਬਣ ਜਾਂਦਾ, ਕਿਉਂਕਿ ਅੱਜ ਦੇ ਬਣਾਏ ਮਕਾਨਾਂ ਦੀ ਜਿਹੜੀ ਮਨਿਆਦ ਆ ਵੱਧ ਤੋਂ ਵੱਧ 50 ਸਾਲ ਹੋਊਗੀ। ਪਰ ਇਹ 3-4 ਸਦੀਆਂ ਬੀਤਣ ਦੇ ਬਾਵਜੂਦ ਵੀ ਇਹ ਦਰਵਾਜ਼ਾ ਅਤੇ ਇਹਦੀ ਛੱਤ ਜਿਉਂ ਦੀ ਤਿਉਂ ਖੜ੍ਹੀ ਆ। ਇਸ ਤੋਂ ਬਿਨਾਂ ਇਸ ਪਿੰਡ ਦੇ ਸੂਰਮਿਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵੀ ਪੂਰਾ ਯੋਗਦਾਨ ਪਾਇਆ। ਇਹਨਾਂ ਸੂਰਮਿਆਂ ਦੇ ਵਿੱਚ ਭਾਈ ਗੁਰਮੁਖ ਸਿੰਘ, ਗਦਰੀ ਕਰਤਾਰ ਸਿੰਘ ਦੁੱਕੀ, ਅਰਜਨ ਸਿੰਘ ਅਤੇ ਗੁਰਮੁਖ ਸਿੰਘ ਦੇ ਨਾਂ ਸ਼ਾਮਲ ਨੇ। ਇਸ ਪਿੰਡ ਦੀ ਜਿਹੜੀ ਟੋਟਲ ਆਬਾਦੀ ਆ ਉਹ 4500 ਦੇ ਕਰੀਬ ਆ ਅਤੇ ਤਕਰੀਬਨ ਇੱਥੇ 800 ਘਰ ਨੇ। ਸੋ ਬਾਕੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ, ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਅਤੇ ਬਾਕੀ ਜੇਕਰ ਤੁਹਾਡੇ ਵੀ ਪਿੰਡ ਦੇ ਵਿੱਚ ਇੱਦਾਂ ਦੀ ਕੋਈ ਇਤਿਹਾਸਿਕ ਜਗ੍ਹਾ ਤਾਂ ਸਾਨੂੰ ਮੈਸੇਜ ਜ਼ਰੂਰ ਕਰ ਦਿਓ, ਅਤੇ ਆਪਣਾ ਪੇਜ ਕੰਟਰੀ ਸਾਈਡ ਯੂਟਿਊਬਰ ਜ਼ਰੂਰ ਫੋਲੋ ਕਰ ਲਿਓ।